ਕੀ ਨਾਂ ਕੀ ਜੀ? ਕੁਲਜੀਤ ਸਿੰਘ। ਕਿੱਥੇ ਦੇ ਰਹਿਣ ਵਾਲੇ ਤੁਸੀਂ? ਜਮਾਲਪੁਰ ਕਲੋਨੀ। ਕੀ ਕੀ ਘਟਨਾ ਕੀ ਹੋਈ ਹੈ ਤੁਹਾਡੇ ਨਾਲ? ਪੈਸੇ ਜਮ੍ਹਾਂ ਕਰਾਉਣ ਆਇਆ ਸੀ ਥੱਲੇ ਹਿੰਦੂਸਿੰਘ ਬੈਂਕ ਦੇ ਵਿੱਚ। ਹਾਂਜੀ। ਅਤੇ ਮਤਲਬ ਸਕੂਟਰ ਦੇ ਪੈਸੇ ਕੱਢ ਕੇ ਥੱਲੇ ਪੌੜੀ ਉਤਰਨ ਲੱਗਿਆ, ਪਹਿਲੀ ਪੌੜੀ ਦੇ ਉੱਤੇ ਹੀ ਵਾਰਦਾਤ ਹੋ ਗਈ। ਅੱਛਾ ਜੀ। ਕਿੰਨੇ ਪੈਸੇ ਸੀ ਜੀ? 2,80,000। ਬੰਦੇ ਕਿੰਨੇ ਸੀ ਬਾਬਾ ਜੀ ਲੁੱਟਣ ਵਾਲੇ? 3 ਬੰਦੇ ਸੀ ਜੀ। ਕਿਸ ਚੀਜ਼ 'ਤੇ ਸਵਾਰ? ਬਾਈਕ 'ਤੇ ਸੀ ਕਿਤੇ? ਹੈਂ? ਕਿਸ ਚੀਜ਼ 'ਤੇ ਆਏ ਸੀ? ਉਹ ਮੋਟਰਸਾਈਕਲ 'ਤੇ ਸੀਗੇ ਜੀ, 2 ਤਾਂ ਉੱਧਰ ਖੜ੍ਹੇ ਸੀ ਰੋਡ ਦੇ ਉੱਤੇ ਜੀ। ਹਾਂਜੀ। ਅਤੇ ਇੱਕ ਜਿਹੜਾ ਆਪਣਾ ਮਗਰ ਆਇਆ ਰਿਵਾਲਵਰ ਲੈ ਕੇ ਜੀ। ਕੀ ਹਥਿਆਰ ਸੀ ਉਹਨਾਂ ਕੋਲ? ਹੈਂ? ਕੋਈ ਹਥਿਆਰ ਸੀ? ਰਿਵਾਲਵਰ ਸੀ ਜੀ। ਅੱਛਾ। ਕੀ ਕਿਹਾ ਤੁਹਾਨੂੰ ਕੁਛ ਉਹਨਾਂ ਨੇ ਕਿਹਾ ਸੀ? ਕੁਛ ਨਹੀਂ ਕਿਹਾ, ਬਸ ਆਇਆ ਧੱਕਾ ਮਾਰ ਕੇ ਖੋ ਕੇ ਲੈ ਗਏ ਜੀ। ਪੈਸੇ ਜਮ੍ਹਾਂ ਕਰਾਉਣ ਆਏ ਸੀ ਉਹਨਾਂ ਨੂੰ ਕੋਈ ਧੱਕਾ ਮਾਰ ਕੇ ਪੈਸੇ ਦੇ ਖੋ ਕੇ ਲੈ ਗਿਆ, ਬਾਕੀ ਇਨਵੈਸਟਿਗੇਸ਼ਨ। ਸਰ ਕਿੰਨੇ ਮਾਮਲੇ? 2,00,000 ਦੇ ਰਾਊਂਡ ਹੈ, ਐਗਜੈਕਟ ਪੁੱਛ ਰਹੇ ਜੀ, ਵੈਰੀਫਿਕੇਸ਼ਨ ਕਰ ਰਹੇ। ਨਹੀਂ ਅਜੇ ਜਿਵੇਂ ਦੱਸਣਗੇ ਅਜੇ ਸਟੇਟਮੈਂਟ ਲਿਖਾਉਣੀ ਹੈ ਸਰ। ਸਰ ਕਿੰਨੇ ਵਜੇ ਦਾ ਟਾਈਮ ਸੀ? ਕਰੀਬ 11:30। ਸਰ ਬੈਂਕ ਕਿਹੜਾ ਸਰ? ਕਿੱਥੇ? ਇੰਡਸਲੈਂਡ ਬੈਂਕ ਹੈ, ਇਸ ਗਰਾਂ ਬੇਸਮੈਂਟ 'ਚ ਗਿੱਲੋੜ 'ਤੇ। ਸਰ ਸੀ ਸੀ ਟੀ ਵੀ ਵਗੈਰਾ ਕੋਈ ਚੈੱਕ ਕੀਤਾ ਕੁਛ ਹੈ? ਕਰ ਰਹੇ ਹਾਂ ਚੈੱਕ, ਇਨਵੈਸਟੀਗੇਸ਼ਨ ਦਾ ਕਰ ਰਹੇ ਹਾਂ।